ਸੁਸ਼ੀ ਅੰਮ੍ਰਿਤਸਰ ਸਾਹਿਬ ਦੇ ਬਹੁਤ ਹੀ ਮਸ਼ਹੂਰ ਕਾਲਜ ਦੇ ਵਿੱਚ ਅਸੀਂ ਇਸ ਟਾਈਮ ਪਹੁੰਚ ਗਏ ਹਾਂ। ਮੈਂ ਤੁਹਾਨੂੰ ਦੱਸਦਾ, ਮੇਰੇ ਪਿੱਛੇ ਬੋਰਡ ਤੁਸੀਂ ਦੇਖ ਸਕਦੇ ਹੋ, BBK DAV ਕਾਲਜ ਫਾਰ ਵੂਮੈਨ, ਜੋ ਕਿ ਇੱਥੋਂ ਦਾ ਅੰਮ੍ਰਿਤਸਰ ਦਾ ਬਹੁਤ ਵੱਡਾ ਕਾਲਜ ਹੈ। ਔਰ ਅਗਰ ਮੈਂ ਇੱਥੇ ਸੇਫਟੀ ਦੀ ਗੱਲ ਕਰਾਂ ਕਿ ਬੱਚੇ ਜਦੋਂ ਐਂਟਰ ਹੁੰਦੇ ਨੇ ਤਾਂ ਬਹੁਤ ਬਖੂਬੀ ਉਹਨਾਂ ਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ, ਨਾਲ ਹੀ ਨਾਲ ਹੈਂਡ ਸੈਨੇਟਾਈਜ਼ ਕੀਤੇ ਜਾਂਦੇ ਨੇ, ਮਾਸਕ ਦਾ ਪ੍ਰੋਪਰ ਇਸਤੇਮਾਲ ਕੀਤਾ ਜਾਂਦਾ ਹੈ। ਸੋ ਆਪਾਂ ਅੰਦਰ ਚੱਲਾਂਗੇ, ਨਾਲ ਇੱਥੇ ਦੇ ਪ੍ਰਿੰਸੀਪਲ ਮੈਮ ਦੇ ਨਾਲ ਵੀ ਗੱਲਬਾਤ ਕਰਾਂਗੇ, ਜਾਣਾਂਗੇ ਇਸ ਕਾਲਜ ਦੀਆਂ ਖੂਬੀਆਂ। BBK DAV College has more than so UG and PG courses. BBK DAV College for Women, ਜਿਨ੍ਹਾਂ ਦਾ ਨਾਮ ਅਕਸਰ ਤੁਸੀਂ ਬਖੂਬੀ ਸੁਣਿਆ ਆ। ਔਰ ਨਾਲ ਹੀ ਨਾਲ ਇਸ ਕਾਲਜ ਦੇ ਪ੍ਰਿੰਸੀਪਲ ਮੌਜੂਦ ਨੇ ਸਾਡੇ ਨਾਲ, ਡਾਕਟਰ ਪੁਸ਼ਪਿੰਦਰ ਵਾਲੀਆ ਜੀ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ, ਬਹੁਤ ਬਹੁਤ ਸਵਾਗਤ ਹੈ ਮੈਮ। ਥੈਂਕ ਯੂ ਸੋ ਮਚ ਜੀ। ਮੈਮ, ਜਿਵੇਂ ਮੈਂ ਕਿਹਾ ਕਿ ਨਾਮ ਇੱਥੇ ਦਾ ਜਿਹੜਾ ਬਹੁਤ ਮਸ਼ਹੂਰ ਹੈ, BBK DAV ਕਾਲਜ ਫਾਰ ਵੂਮੈਨ, ਕਿਵੇਂ ਦੇਖਦੇ ਹੋ ਇੱਥੋਂ ਜਿਹੜੇ ਬੱਚੇ ਨਿਕਲ ਕੇ ਗਏ ਨੇ ਵੱਖ ਵੱਖ ਅਹੁਦਿਆਂ 'ਤੇ ਨੇ, ਵੱਡੇ ਵੱਡੇ ਅਹੁਦਿਆਂ 'ਤੇ ਨੇ, ਕੀ ਖਾਸੀਅਤ ਹੈ? Well, I think this college has carved a niche for itself because of its activities and achievements. It's more than 50 years old and one of the very prominent colleges in northern India. Jo sadiyan students ne unna di jo ik personality development itthe hundi hai, I think that makes them stand out in a unique way in life. Our students have established themselves in different fields like administration, creative arts, sports and cultural activities. We have got names like Bharti, Tanya and Vibha Bhagat, jinhone matlab cultural activities de vich apna naam banaya hai. Aur iste alawa sports de vich we have given Arjuna awards to the nation. So is tarah jo activities ne NSS de vich students bahut prominent kaam karde ne, NCC de vich bahut acche cadets ne sade who go and win laurels in their fields. So ਇਹਦੇ ਕਰਕੇ ਆਈ ਥਿੰਕ ਜੋ BBK ਦਾ ਨਾਮ ਹੈ, BBK ਦੇ ਸਟੂਡੈਂਟਸ ਹੀ BBK ਦੀ ਪਹਿਚਾਣ ਹੈ। ਬਿਲਕੁਲ ਜੀ, ਬਿਲਕੁਲ ਜੀ। ਮੈਮ, ਜਿਵੇਂ ਤੁਸੀਂ ਦੱਸਿਆ ਕਿ ਤਿਆਰੀਆਂ ਹੁਣ ਕਿਵੇਂ ਦੀਆਂ ਨੇ, ਕਿਵੇਂ ਤੁਸੀਂ ਸਟੂਡੈਂਟਸ ਨੂੰ ਸੇਫਟੀ ਵੱਲੋਂ, ਸਟੂਡੈਂਟ ਆਉਂਦੇ ਨੇ ਜਿਵੇਂ ਅਸੀਂ ਬਾਹਰ ਦੇਖਿਆ ਜਦੋਂ ਐਂਟਰ ਕਰਦੇ ਹਾਂ ਕਿ ਪ੍ਰੋਪਰ ਸੈਨੇਟਾਈਜ਼ ਕੀਤਾ ਜਾਂਦਾ ਆ ਸਟੂਡੈਂਟਸ ਦੇ ਹੈਂਡ ਐਂਡ ਟੈਂਪਰੇਚਰ ਚੈੱਕ ਕੀਤਾ ਜਾਂਦਾ ਆ, ਇਹੋ ਜਿਹੀਆਂ ਤਿਆਰੀਆਂ ਸਟੂਡੈਂਟਸ ਪ੍ਰੋਪਰ ਕਰਕੇ ਆਉਂਦੇ ਨੇ? ਹਾਂਜੀ, ਇਹ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਸੇਫਟੀ ਨੋਰਮਸ ਐਂਡ ਸੋਸ਼ਲ ਡਿਸਟੈਂਸਿੰਗ ਨੋਰਮਸ ਤੇ ਅਸੀਂ ਫੋਲੋ ਕਰਦੇ ਹੀ ਹਾਂ। ਉਹਦੇ ਇਲਾਵਾ ਵੀ ਜੋ ਇੱਕ ਚੀਜ਼ ਮੈਂ ਕਹਿਣੀ ਚਾਹਾਂਗੀ ਕਿ ਯੂ ਨੋ, ਕੋਵਿਡ ਹੈਜ਼ ਟੋਟ ਅਸ ਵਨ ਥਿੰਗ, ਦੈਟ ਵੀ ਸ਼ੁੱਡ ਹੈਵ ਦ ਸਟਰੈਂਥ ਵਿਦ ਇਨ ਅਸ ਟੂ ਕਨਵਰਟ ਚੈਲੰਜਸ ਇਨ ਟੂ ਓਪਰਚੁਨਿਟੀਜ਼। ਸੋ ਅਸੀਂ ਉਹ ਚੀਜ਼ ਨੂੰ ਲੈ ਕੇ ਅਸੀਂ ਚੱਲੇ ਹਾਂ। ਮਾਰਚ ਐਂਡ ਅਪ੍ਰੈਲ ਦੇ ਪੀਰੀਅਡ ਦੇ ਵਿੱਚ ਲਾਸਟ ਈਅਰ ਵੀ ਅਪਲਾਈਡ ਫੋਰ ਨਿਊ ਕੋਰਸਿਸ ਟੂ UGC। ਸੋ ਵੋਕੇਸ਼ਨਲ ਕੋਰਸਿਸ ਨੇ, ਬੈਚਲਰਸ ਇਨ ਵੋਕੇਸ਼ਨ ਦੇ ਕੋਰਸਿਸ ਹੁੰਦੇ ਨੇ, ਇਹਨਾਂ ਦੇ ਨਾਲ ਪ੍ਰੋਫੈਸ਼ਨਲ ਓਪਰਚੁਨਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ। ਸੋ ਵੀ ਗੋਟ ਨਿਊ ਕੋਰਸਿਸ, ਦੋ ਅਸੀਂ ਮਾਸਟਰਸ ਦੇ ਕੋਰਸਿਸ ਸਾਨੂੰ ਅਲੋਟ ਹੋਏ ਨੇ MWOC ਦੇ, ਰਿਟੇਲ ਮੈਨੇਜਮੈਂਟ ਐਂਡ ਫੈਸ਼ਨ ਟੈਕਨੋਲੋਜੀ 'ਚ। ਉਸ ਤੋਂ ਇਲਾਵਾ ਅਸੀਂ ਬੈਚਲਰਸ ਇਨ ਵੋਕੇਸ਼ਨ ਦੇ BWOC ਦੇ ਸਾਨੂੰ ਕੁਛ ਕੋਰਸਿਸ ਮਿਲੇ ਨੇ, ਡਾਇਟੈਟਿਕਸ ਐਂਡ ਨਿਊਟ੍ਰੀਸ਼ਨ ਦੇ, ਹੋਸਪਿਟਲ ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ ਦੇ, ਐਂਡ ਉਸ ਤੋਂ ਇਲਾਵਾ ਯੂ ਨੋ ਵੀ ਗੋਟ ਅਦਰ ਕੋਰਸਿਸ ਆਲਸੋ ਇਨ BWOC, ਸਪੈਸ਼ਲੀ ਇਨ ਟੂਰਿਜ਼ਮ ਐਂਡ ਹੋਸਪਿਟੈਲਿਟੀ ਮੈਨੇਜਮੈਂਟ। ਸੋ ਇਹਦੇ ਨਾਲ ਬੱਚਿਆਂ ਦੇ ਲਈ ਯੂ ਨੋ ਨਿਊ ਆਪਸ਼ਨਸ ਹੁੰਦੀਆਂ ਨੇ। ਸੋ ਆਈ ਥਿੰਕ ਦਿਸ ਗੋਜ਼ ਟੂ ਦ ਕ੍ਰੈਡਿਟ ਆਫ ਦ ਫੈਕਲਟੀ ਦੈਟ ਦੇ ਗੋਟ ਡਾਊਨ ਟੂ ਦ ਟਾਸਕ, ਐਂਡ ਈਵਨ ਇਨ ਦੋਜ਼ ਡਿਫੀਕਲਟ ਟਾਈਮਸ ਦੇ ਪ੍ਰਿਪੇਅਰਡ ਦ ਪ੍ਰਪੋਜ਼ਲਸ, ਐਂਡ ਵੀ ਗੋਟ ਦੀਸ ਕੋਰਸਿਸ ਸੈਂਕਸ਼ਨ ਫਰੋਮ UGC, ਜਿਨ੍ਹਾਂ ਦੀ ਐਡਮਿਸ਼ਨਸ ਹੁਣ ਨਵੇਂ ਸੈਸ਼ਨ ਦੇ ਵਿੱਚ ਹੋਣਗੀਆਂ। ਅਗਰ ਸਟੂਡੈਂਟ ਹੈ ਜਿਹੜੇ ਚਾਹੁੰਦੇ ਨੇ ਇਹੋ ਜਿਹੇ ਕੋਰਸ ਕਰਨਾ, ਤੇ ਜ਼ਰੂਰ ਇਸ ਕਾਲਜ ਦੇ ਵਿੱਚ ਵਿਜ਼ਿਟ ਕਰ ਸਕਦੇ ਨੇ, ਆ ਸਕਦੇ ਨੇ, ਸੋ ਮੈਨੇਜਮੈਂਟ ਦੇ ਨਾਲ ਗੱਲਬਾਤ ਕਰ ਸਕਦੇ ਨੇ, ਔਰ ਇਸ ਕਾਲਜ ਦੇ ਜਿਹੜੇ ਨਵੇਂ ਕੋਰਸ ਨੇ ਉਹ ਜੁਆਇਨ ਕਰ ਸਕਦੇ ਨੇ।